ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਲੁਧਿਆਣੇ ਦੇ ਸਭ ਤੋਂ ਵੱਡੇ ਵਾਟਰ ਪਾਰਕ ਜੋ ਕਿ ਹੈ ਹਾਰਡੀਜ਼ ਵਰਲਡ। ਅਤੇ ਇਸ ਵੀਡੀਓ 'ਚ ਮੈਂ ਤੁਹਾਨੂੰ ਹਾਰਡੀਜ਼ ਵਰਲਡ ਦੀ ਸਾਰੀ ਰਾਈਡ ਦਿਖਾਉਣ ਵਾਲਾ, ਨਾਲ ਹੀ ਨਾਲ ਇੱਥੋਂ ਦੀ ਟਿਕਟ ਪ੍ਰਾਈਸ, ਟਾਈਮਿੰਗਸ, ਲੋਕੇਸ਼ਨ, ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਇਸ ਵੀਡੀਓ 'ਚ ਸ਼ੇਅਰ ਕਰਨ ਵਾਲਾ। ਅਤੇ ਇਹ ਸਭ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੇ ਤੁਸੀਂ ਨਹੀਂ ਕੀਤਾ। ਤਾਂ ਅਸੀਂ ਹੁਣ ਆ ਗਏ ਹਾਂ ਹਾਰਡੀਜ਼ ਵਰਲਡ ਵਾਟਰ ਐਂਡ ਅਮਿਊਜ਼ਮੈਂਟ ਪਾਰਕ। ਅਤੇ ਇਸ ਵਾਟਰ ਪਾਰਕ ਦੀ ਲੋਕੇਸ਼ਨ ਦੀ ਗੱਲ ਕੀਤੀ ਜਾਏ ਤਾਂ ਹੋਏਗੀ ਨੈਸ਼ਨਲ ਹਾਈਵੇ 44 ਗ੍ਰੈਂਡ ਟਰੰਕ ਰੋਡ, ਮਾਜਰਾ ਖੁਰਦ, ਲੁਧਿਆਣਾ, ਪੰਜਾਬ 'ਚ। ਅਤੇ ਇਹ ਜਿਹੜੀ ਰੋਡ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਹੈਗੀ ਹੈ ਗ੍ਰੈਂਡ ਟਰੰਕ ਰੋਡ। ਅਤੇ ਇੱਥੇ ਆਉਣ ਦੀ ਗੱਲ ਕੀਤੀ ਜਾਏ ਤਾਂ ਤੁਸੀਂ ਆਪਣੇ ਪਰਸਨਲ ਵਹੀਕਲ 'ਤੇ ਇੱਥੇ ਆ ਸਕਦੇ ਹੋ। 2-ਵੀਲਰ ਅਤੇ 4-ਵੀਲਰ ਦੀ ਪਾਰਕਿੰਗ ਤੁਹਾਨੂੰ ਮਿਲ ਜਾਏਗੀ ਅੰਦਰ ਜਾ ਕੇ, ਅਤੇ ਬਿਲਕੁਲ ਫ੍ਰੀ ਪਾਰਕਿੰਗ ਹੈਗੀ ਹੈ। ਅਤੇ ਇੱਥੇ ਜੇ ਤੁਸੀਂ ਸਰਕਾਰੀ ਵਾਹਨ ਤੋਂ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੁਧਿਆਣਾ ਦੇ ਬੱਸ ਸਟੈਂਡ ਤੋਂ ਜਲੰਧਰ ਦੇ ਪੈਸੇ ਵਾਲੀ ਬੱਸ ਲੈਣੀ ਪਏਗੀ, ਅਤੇ ਤੁਹਾਨੂੰ ਉਤਰਨਾ ਪਏਗਾ ਲਾਧੋਵਾਲ ਟੋਲ ਪਲਾਜ਼ਾ 'ਤੇ। ਉੱਥੋਂ ਤੁਹਾਨੂੰ ਫਿਰ ਆਟੋ ਮਿਲ ਜਾਏਗਾ। ਇਹ ਦੇਖੋ, ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ, ਇਹ ਹੈਗਾ ਇੱਥੇ ਦਾ ਪਾਰਕਿੰਗ ਏਰੀਆ। 2-ਵੀਲਰ ਅਤੇ 4-ਵੀਲਰ ਤੁਸੀਂ ਇੱਥੇ ਲਾ ਸਕਦੇ ਹੋ ਆਪਣਾ, ਅਤੇ ਬਿਲਕੁਲ ਫ੍ਰੀ ਪਾਰਕਿੰਗ ਏਰੀਆ, ਕਾਫੀ ਵੱਡਾ ਪਾਰਕਿੰਗ ਏਰੀਆ। ਅਤੇ ਇਸ ਪਾਸੇ ਤੁਹਾਨੂੰ ਐਂਟਰੀ ਗੇਟ ਦਿਖ ਜਾਏਗਾ, ਇੱਥੋਂ ਤੁਹਾਨੂੰ ਐਂਟਰੀ ਲੈਣੀ ਹੋਏਗੀ। ਪਹਿਲੇ ਟਿਕਟ ਲੈਣੀ ਪਏਗੀ, ਤੁਹਾਨੂੰ ਪੁੱਛਦੇ ਹਾਂ ਅਸੀਂ ਕਿੰਨੇ ਦੀ ਟਿਕਟ ਹੈਗੀ। ਅਤੇ ਅੰਦਰ ਚੱਲਦੇ ਹਾਂ ਫਿਰ ਹਾਰਡੀਜ਼ ਵਰਲਡ ਪਾਰਕ ਦੇ। ਹਾਰਡੀਜ਼ ਵਰਲਡ ਪਾਰਕ ਦੇ ਟਾਈਮਿੰਗਸ ਦੀ ਗੱਲ ਕੀਤੀ ਜਾਏ ਤਾਂ ਇਹ ਜਿਹੜਾ ਪਾਰਕ ਹੈ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਿਆ ਰਹੇਗਾ। ਜਿਹੜਾ ਇੱਥੋਂ ਦਾ ਡਰਾਈ ਪਾਰਕ ਹੈ ਉਹ 10 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਿਆ ਰਹੇਗਾ। ਅਤੇ ਜਿਹੜਾ ਵਾਟਰ ਪਾਰਕ ਹੈ ਉਹ ਸਵੇਰੇ 11:30 ਵਜੇ ਤੋਂ ਲੈ ਕੇ 6:30 ਵਜੇ ਤੱਕ ਖੁੱਲ੍ਹਿਆ ਰਹੇਗਾ। ਇਸ ਪਾਰਕ ਦੇ ਟਿਕਟ ਰੇਟ ਦੀ ਗੱਲ ਕੀਤੀ ਜਾਏ ਤਾਂ ਇੱਥੇ ਤੁਸੀਂ ਅਲੱਗ ਅਲੱਗ ਦੇਖ ਸਕਦੇ ਹੋ ਕਿ ਅਲੱਗ ਅਲੱਗ ਪਾਰਕ ਦੇ ਕੋਂਬੋ ਪੈਕੇਜ ਲੈ ਸਕਦੇ ਹੋ। ਵਾਟਰ ਪਾਰਕ ਦੀ ਸਿਰਫ ਟਿਕਟ ਲੈ ਸਕਦੇ ਹੋ, ਸਿਰਫ ਡਰਾਈ ਪਾਰਕ ਦੀ ਟਿਕਟ ਲੈ ਸਕਦੇ ਹੋ। ਐਂਟਰੀ ਟਿਕਟ ਹੈਗੀ ਹੈ ਸਿਰਫ 300 ਰੁਪਏ ਪਰ ਹੈਡ। ਡਰਾਈ ਪਾਰਕ ਜੇ ਤੁਸੀਂ ਸਿਰਫ ਜਾਣਾ ਚਾਹੁੰਦੇ ਹੋ ਤਾਂ ਟਿਕਟ ਹੋਏਗੀ 800 ਰੁਪਏ, ਅਨਲਿਮਿਟਡ ਡਰਾਈ ਰਾਈਡ ਦਾ ਮਜ਼ਾ ਤੁਸੀਂ ਲੈ ਸਕਦੇ ਹੋ। ਅਤੇ ਵਾਟਰ ਪਾਰਕ ਜੇ ਤੁਸੀਂ ਸਿਰਫ ਜਾਣਾ ਤਾਂ ਉਹਦੀ 1000 ਰੁਪਏ ਦੀ ਟਿਕਟ ਹੋਏਗੀ। ਅਤੇ ਇਸ ਤੋਂ ਇਲਾਵਾ ਕੋਂਬੋ ਪੈਕ ਦੇ ਵਿੱਚ ਵਾਟਰ ਅਤੇ ਡਰਾਈ ਪਾਰਕ ਦੋਨੋਂ ਇੰਕਲੂਡ ਹੋਣਗੇ, ਉਹਦੀ ਟਿਕਟ ਹੋਏਗੀ 1200 ਰੁਪਏ ਪਰ ਹੈਡ। ਅਤੇ ਕੋਂਬੋ ਲੰਚ ਪੈਕ ਦੇ ਵਿੱਚ ਲੰਚ ਵੀ ਇੰਕਲੂਡ ਹੋਏਗਾ, ਉਹਦੀ ਟਿਕਟ ਹੋਏਗੀ 1500 ਰੁਪਏ ਦੀ। ਅਤੇ ਇਸ ਤੋਂ ਇਲਾਵਾ ਜੋ 3 ਸਾਲ ਤੋਂ ਘੱਟ ਉਮਰ ਦੇ ਹੈਗੇ ਨੇ ਬੱਚੇ, ਉਹਨਾਂ ਦੀ ਟਿਕਟ ਇੱਥੇ ਬਿਲਕੁਲ ਫ੍ਰੀ ਹੈ। ਇੱਥੇ ਜੇ ਤੁਸੀਂ ਚਾਹੋ ਤਾਂ ਗੋਕਾਟਿੰਗ ਵੀ ਕਰ ਸਕਦੇ ਹੋ ਅਤੇ ATV ਬਾਈਕ ਰਾਈਡ ਦਾ ਵੀ ਮਜ਼ਾ ਲੈ ਸਕਦੇ ਹੋ। 2 ਲੈਪ ਦੇ ਚਾਰਜ ਹੋਣਗੇ ਗੋਕਾਟਿੰਗ ਦੇ 100 ਰੁਪਏ, ਅਤੇ 5 ਲੈਪ ਦੇ ਚਾਰਜ ਹੋਣਗੇ 200 ਰੁਪਏ। ਇਸ ਤੋਂ ਇਲਾਵਾ ATV ਬਾਈਕ ਦੇ ਪਰ ਰਾਊਂਡ ਦੇ ਹਿਸਾਬ ਨਾਲ 100 ਰੁਪਏ ਦੀ ਟਿਕਟ ਹੋਏਗੀ। ਮਤਲਬ ਜੇ ਤੁਸੀਂ ਚਾਈਲਡ ਹੋ ਜਾਂ ਅਡਲਟ ਹੋ, ਟਿਕਟ ਰੇਟ ਬਿਲਕੁਲ ਸੇਮ ਰਹੇਗਾ। ਬਸ ਜੇ 3 ਸਾਲ ਤੋਂ ਘੱਟ ਉਮਰ ਦੇ ਤਾਂ ਤੁਹਾਡੀ ਟਿਕਟ ਫ੍ਰੀ ਹੋਏਗੀ। ਅਸੀਂ ਹੁਣ ਖੜ੍ਹੇ ਹਾਂ ਹਾਰਡੀਜ਼ ਵਰਲਡ ਪਾਰਕ ਦੇ ਮੇਨ ਗੇਟ ਦੇ ਅੱਗੇ, ਅਤੇ ਇੱਥੇ ਤੁਹਾਨੂੰ ਕਈ ਸੈਲਫੀ ਪੁਆਇੰਟ ਦਿਖ ਜਾਣਗੇ ਜਿਵੇਂ ਇੱਥੇ ਲਿਖਿਆ ਹੋਇਆ ਆਈ ਲਵ ਹਾਰਡੀਜ਼ ਵਰਲਡ। ਅਤੇ ਇੱਥੇ ਤੁਸੀਂ ਆਪਣੀ ਫੋਟੋ ਖਿਚਵਾ ਸਕਦੇ ਹੋ। ਅੰਦਰ ਜਾ ਕੇ ਤੁਹਾਨੂੰ ਹੋਰ ਜ਼ਿਆਦਾ ਸੈਲਫੀ ਪੁਆਇੰਟ ਦੇਖਣ ਨੂੰ ਮਿਲ ਜਾਣਗੇ ਵਾਟਰ ਪਾਰਕ ਦੇ ਏਰੀਆ 'ਚ, ਡਰਾਈ ਪਾਰਕ ਦੇ ਏਰੀਆ 'ਚ। ਅਤੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਤੁਹਾਨੂੰ ਲੋਕਰ ਦਾ ਜਿਹੜਾ ਪ੍ਰਾਈਜ਼ ਹੈਗਾ ਅਤੇ ਕੋਸਟਿਊਮ ਦਾ ਜਿਹੜਾ ਪ੍ਰਾਈਜ਼ ਹੈ ਉਹ ਦੱਸਦੇ ਹਾਂ, ਅਤੇ ਫਿਰ ਬਾਕੀ ਜਿੰਨਾ ਵੀ ਪਾਰਕ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ। ਚਲੋ ਬਾਈ ਅੰਦਰ ਚੱਲਦੇ ਹਾਂ। ਇਹ ਬੈਂਡ ਤੁਹਾਨੂੰ ਪਹਿਲੇ ਬੰਨਣਾ ਹੋਏਗਾ। ਅਤੇ ਹੁਣ ਅਸੀਂ ਅੰਦਰ ਜਾਣ ਵਾਲੇ ਹਾਂ ਇਸ ਪਾਰਕ ਦੇ, ਅਸੀਂ ਇਹ ਬੈਂਡ ਬੰਨ ਲਿਆ ਅਤੇ ਚਲੋ ਅੰਦਰ ਚੱਲਦੇ ਹਾਂ ਇਸ ਪਾਰਕ ਦੇ। ਅਸੀਂ ਅੰਦਰ ਆਉਂਦੇ ਹੀ ਤੁਹਾਨੂੰ ਇਹ ਡਾਇਨਾਸੌਰ ਦਾ ਸੈਲਫੀ ਪੁਆਇੰਟ ਦੇਖਣ ਨੂੰ ਮਿਲੇਗਾ। ਇੱਥੇ ਤੁਸੀਂ ਆਪਣੀ ਫੋਟੋ ਖਿਚਵਾ ਸਕਦੇ ਹੋ। ਪਿਛਲੇ ਸਾਲ ਨਹੀਂ ਸੀ, ਹੁਣ ਬੜਾ ਵਧੀਆ ਜਿਹਾ ਇੱਥੇ ਲਾ ਦਿੱਤਾ ਇਹਨਾਂ ਨੇ। ਹੁਣ ਪਹਿਲੇ ਤੁਹਾਨੂੰ ਇੱਥੋਂ ਦੇ ਲੋਕਰ ਅਤੇ ਕੋਸਟਿਊਮ ਦੇ ਰੇਟ ਦੱਸਦੇ ਹਾਂ, ਅਤੇ ਫਿਰ ਬਾਕੀ ਜਿੰਨਾ ਵੀ ਪਾਰਕ ਹੈ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਤੁਹਾਨੂੰ ਇੱਕ ਕੈਸ਼ ਕਾਊਂਟਰ ਵੀ ਦਿਖ ਜਾਏਗਾ ਜਿੱਥੋਂ ਤੁਸੀਂ ਲੋਕਰ, ਲੇਡੀਜ਼ ਕੋਸਟਿਊਮ, ਟਾਵਲ, ਕੈਪਸ, ਗੋਗਲ ਵਗੈਰਾ ਰੈਂਟ 'ਤੇ ਲੈ ਸਕਦੇ ਹੋ। ਰੈਂਟ ਦੇ ਅਲੱਗ ਚਾਰਜ ਨੇ ਅਤੇ ਡਿਪੋਜ਼ਿਟ ਦੇ ਅਲੱਗ ਚਾਰਜ ਹੈਗੇ ਨੇ। ਇੱਕ ਵਾਰ ਤੁਸੀਂ ਉਹ ਚੀਜ਼ ਵਾਪਸ ਦੇ ਦਿਓਗੇ ਤਾਂ ਤੁਹਾਨੂੰ ਜਿਹੜਾ ਡਿਪੋਜ਼ਿਟ ਅਮਾਊਂਟ ਹੈ ਉਹ ਵਾਪਸ ਹੋ ਜਾਏਗਾ। ਈਚ ਆਈਟਮ ਡਿਪੋਜ਼ਿਟ ਸਿਕਿਉਰਿਟੀ ਹੋਏਗੀ 300 ਰੁਪਏ ਦੀ, ਅਤੇ ਬਾਕੀ ਜਿਹੜੇ ਵੀ ਚਾਰਜ ਹੈਗੇ ਨੇ ਲੋਕਰ ਦੇ ਹੋਣਗੇ 100 ਰੁਪਏ, ਲੇਡੀਜ਼ ਕੋਸਟਿਊਮ ਦੇ 80 ਰੁਪਏ, ਜੈਂਟਸ ਕੋਸਟਿਊਮ ਦੇ 80 ਰੁਪਏ, ਟਾਵਲ ਦੇ 50 ਰੁਪਏ, ਅਤੇ ਬਾਕੀ ਸਾਰੇ ਰੇਟ ਤੁਸੀਂ ਇੱਥੇ ਵੇਖ ਸਕਦੇ ਹੋ। ਇਸ ਤਰੀਕੇ ਦੇ ਨਾਇਲੋਨ ਕੱਪੜੇ ਹੀ ਤੁਸੀਂ ਪਾ ਸਕਦੇ ਹੋ ਹਾਰਡੀਜ਼ ਵਰਲਡ ਵਾਟਰ ਪਾਰਕ 'ਚ। ਇੱਥੋਂ ਦਾ ਲੋਕਰ ਏਰੀਆ 'ਤੇ ਇੱਕ ਲੋਕਰ ਦੇ ਅੰਦਰ ਤੁਹਾਡੇ ਆਰਾਮ ਨਾਲ 2 ਤੋਂ 3 ਬੈਗ ਆ ਜਾਣਗੇ। ਕਾਫੀ ਵੱਡਾ ਲੋਕਰ ਏਰੀਆ ਹੈਗਾ। ਅੰਦਰ ਆਉਂਦੇ ਤੁਹਾਨੂੰ ਇੱਥੇ ਗ੍ਰੀਨ ਸਕਰੀਨ ਦਿਖੇਗੀ, ਇੱਥੇ ਤੁਸੀਂ ਆਪਣੀ ਫੋਟੋ ਖਿਚਵਾ ਸਕਦੇ ਹੋ। ਬਿਲਕੁਲ ਕੰਪਲੀਮੈਂਟਰੀ ਤੁਹਾਡੀ ਜਿਹੜੀ ਫੋਟੋ ਹੈ ਉਹ ਖਿੱਚੀ ਜਾਏਗੀ ਅਤੇ ਤੁਹਾਨੂੰ ਦੇਈ ਜਾਏਗੀ। ਜੇ ਤੁਸੀਂ ਫਰੇਮ ਦੇ ਵਿੱਚ ਆਪਣੀ ਫੋਟੋ ਨਿਕਲਵਾਉਣਾ ਚਾਹੁੰਦੇ ਹੋ ਤਾਂ ਉਹਦੇ 100 ਰੁਪਏ ਬਸ ਤੁਹਾਨੂੰ ਦੇਣੇ ਹੋਣਗੇ।
ਵਿਦਆਊਟ ਫਰੇਮ ਦੇ ਕੋਈ ਚਾਰਜ ਨਹੀਂ ਹੋਣਗੇ, ਲੇਕਿਨ ਵਿਦ ਅਮਾਊਂਟ ਦੇ ਹੋਣਗੇ 100 ਰੁਪਏ ਦੇ ਚਾਰਜਸ। ਬੜੀ ਵਧੀਆ ਚੀਜ਼ ਹੈ ਜੋ ਬਾਕੀ ਪਾਰਕਸ ਦੇ ਵਿੱਚ ਤੁਹਾਨੂੰ ਨਹੀਂ ਮਿਲੇਗੀ। ਇਹ ਵੇਖੋ ਇਸ ਤਰੀਕੇ ਦੀ ਆਪਣੀ ਫੋਟੋ ਖਿਚਵਾ ਸਕਦੇ ਹੋ, ਬਹੁਤ ਹੀ ਵਧੀਆ ਫੋਟੋ ਇੱਥੇ ਖਿੱਚਣਗੇ ਤੁਹਾਡੀ। ਹੋਰ ਵੀ ਤੁਹਾਨੂੰ ਇੱਥੇ ਸ਼ੋਪਸ ਵਗੈਰਾ ਮਿਲ ਜਾਣਗੇ ਜਿੱਥੇ ਤੁਸੀਂ ਕਈ ਚੀਜ਼ਾਂ ਖਰੀਦ ਵੀ ਸਕਦੇ ਹੋ, ਚਾਹੋ ਤਾਂ ਗਨ ਸ਼ੂਟਿੰਗ ਵੀ ਤੁਹਾਨੂੰ ਮਿਲ ਜਾਏਗੀ, ਕਈ ਗੇਮਸ ਖੇਲ ਸਕਦੇ ਹੋ, ਲੋਕਰ ਦੇ ਏਰੀਆ ਉਸ ਪਾਸੇ ਆ, ਚੇਂਜਿੰਗ ਰੂਮ ਵੀ ਤੁਹਾਨੂੰ ਮਿਲ ਜਾਏਗਾ। ਅਤੇ ਸਭ ਤੋਂ ਪਹਿਲੇ ਤੁਹਾਨੂੰ ਉੱਥੇ ਫੈਮਿਲੀ ਪੂਲ ਏਰੀਆ ਦਾ ਮਿਲੇਗਾ, ਵੇਵ ਪੂਲ ਮਿਲੇਗਾ, ਹੋਰ ਬਹੁਤ ਵੱਡੀ ਵੱਡੀ ਸਲੈਡ ਵੀ ਮਿਲ ਜਾਣਗੀ, ਛੋਟੀ ਛੋਟੀ ਸਲੈਡ ਵੀ ਮਿਲ ਜਾਣਗੀ। ਇਸ ਤੋਂ ਇਲਾਵਾ ਤੁਸੀਂ ਇੱਥੇ ਚਾਹੋ ਤਾਂ ਰੇਨ ਡਾਂਸ ਦੇ ਏਰੀਆ ਅਤੇ ਵਾਟਰਫਾਲ ਦੇ ਏਰੀਆ ਵਿੱਚ ਵੀ ਇੰਜੋਏ ਕਰ ਸਕਦੇ ਹੋ ਜਾ ਕੇ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪਾਰਕ ਹੈ ਬਣਾਇਆ ਹੋਇਆ, ਇੱਥੇ ਜੇ ਤੁਸੀਂ ਚਾਹੋ ਤਾਂ ਬਹਿ ਸਕਦੇ ਹੋ। ਸਭ ਤੋਂ ਪਹਿਲਾ ਏਰੀਆ ਤੁਹਾਨੂੰ ਐਂ ਵਿਖੇਗਾ ਫੈਮਿਲੀ ਪੂਲ ਦਾ ਏਰੀਆ, ਇੱਥੇ ਤੁਹਾਨੂੰ ਇੱਕ ਬਹੁਤ ਹੀ ਵੱਡੀ ਸ਼ਿਪ ਵੀ ਵਿਕ ਜਾਏਗੀ। ਉੱਥੇ ਪਿੱਛੇ ਤੁਸੀਂ ਦੇਖ ਸਕਦੇ ਹੋ ਦੋ ਵੱਡੀ ਵੱਡੀ ਸਲੈਡ ਹੈਗੀਆਂ ਨੇ ਅਤੇ ਬੋਡੀ ਸਲੈਡ ਹੈਗੀਆਂ, ਤੁਸੀਂ ਇੰਜੋਏ ਕਰ ਸਕਦੇ ਇਹਦੇ 'ਚ, ਇਸ ਸ਼ਿਪ ਦੇ ਉੱਪਰ ਵੀ ਜਾ ਸਕਦੇ ਹੋ ਜੇ ਚਾਹੋ ਤਾਂ। ਇਹ ਜਿਹੜਾ ਪੂਲ ਹੈਗਾ ਨਾ, ਇੱਥੇ ਦੀ ਜਿਹੜੀ ਡੈਪਥ ਹੈ ਉਹ ਘੱਟ ਹੈਗੀ ਹੈ ਥੋੜ੍ਹੀ, ਅੱਗੇ ਜਾਓਗੇ ਅਤੇ ਜਿਹੜੇ ਬਾਕੀ ਪੂਲ ਏਰੀਆ ਹੈਗੇ ਨੇ ਉਹਨਾਂ ਦੀ ਡੈਪਥ ਥੋੜ੍ਹੀ ਜ਼ਿਆਦਾ ਹੋਏਗੀ। ਇਹ ਵੇਖੋ ਕਿੰਨ ਸਲੈਡ ਕਰਦੇ ਹੋਏ ਥੱਲੇ ਆਉਣਗੇ, ਉਹ ਵੇਖੋ ਕਿੰਝ ਥੱਲੇ ਆ ਰਹੇ ਨੇ, ਕਮਾਲ ਹੀ ਹੈ। ਅਤੇ ਇੱਥੇ ਤੁਸੀਂ ਹੋਰ ਵੀ ਅਲੱਗ ਅਲੱਗ ਟਾਈਪ ਦੀ ਚੀਜ਼ਾਂ ਜੋ ਖਰੀਦ ਸਕਦੇ ਹੋ, ਜਿਵੇਂ ਕਿ ਸਵਿਮ ਗੋਗਲਸ ਹੋ ਗਏ। ਇਹ ਕਿੰਨੇ ਦੀ ਹੈਗੀ ਹੈ? ਅੱਛਾ ਅੱਛਾ, ਇਹ ਵੇਖੋ ਅਲੱਗ ਅਲੱਗ ਟਾਈਪ ਦੀ ਹੈਗੇ ਨੇ, ਥੋੜ੍ਹੀ ਵੱਡੀ ਅਤੇ ਇਸ ਤਰੀਕੇ ਦੀ ਵੀ ਤੁਸੀਂ ਲੈ ਸਕਦੇ ਹੋ ਚਾਹੋ ਤਾਂ। ਬੋਲ ਵਗੈਰਾ ਵੀ ਹੈ ਜੋ ਮਿਲ ਜਾਣਗੇ ਤੁਹਾਨੂੰ ਇੱਥੇ, ਉਹ ਵੇਖੋ ਕਿੰਨਾ ਆ ਰਿਹਾ ਥੱਲੇ, ਕਾਫੀ ਵਧੀਆ ਪੂਲ ਏਰੀਆ ਬਣਾਇਆ। ਹੁਣ ਅਸੀਂ ਖੜ੍ਹੇ ਹੈਗੇ ਹਾਂ ਇੱਥੋਂ ਦੇ ਵੇਵ ਪੂਲ ਦੇ ਏਰੀਆ ਦੇ ਕੋਲ, ਅਤੇ ਇੱਥੇ ਦਿਨ 'ਚ 6 ਵਾਰ ਵੇਵਸ ਚੱਲਦੀਆਂ ਨੇ, 15 ਮਿੰਟ ਤੱਕ ਵੇਵਸ ਚੱਲਦੀਆਂ ਹੈਗੀਆਂ ਨੇ ਇੱਥੇ। ਅਤੇ ਇੱਥੇ ਤੁਸੀਂ ਸਾਹਮਣੇ ਵੇਖ ਸਕਦੇ ਹੋ, ਇਹ ਹੈਗਾ ਇੱਥੋਂ ਦਾ ਵੇਵ ਪੂਲ ਦਾ ਏਰੀਆ, ਬਿਲਕੁਲ ਵਿਚਕਾਰ ਤੁਹਾਨੂੰ ਦਿਖ ਜਾਏਗਾ ਇੱਥੋਂ ਦਾ ਵੇਵ ਪੂਲ ਦਾ ਏਰੀਆ। ਵਾਟਰ ਪਾਰਕ ਦੇ ਏਰੀਆ ਦੇ ਵਿੱਚ ਕਾਫੀ ਵੱਡਾ ਵੇਵ ਪੂਲ ਦਾ ਏਰੀਆ, ਅਤੇ ਇੱਥੋਂ ਦੀ ਜਿਹੜੇ ਵੇਵਸ ਦੀ ਕੁਆਲਿਟੀ ਹੈਗੀ ਹੈ ਉਹ ਵੀ ਬਹੁਤ ਹੀ ਵਧੀਆ। ਦੇਖੋ ਕਾਫੀ ਵਧੀਆ ਕੁਆਲਿਟੀ ਹੈਗੀ ਇੱਥੋਂ ਦੀ ਵੇਵਸ ਦੀ। ਜਿਵੇਂ ਜਿਵੇਂ ਤੁਸੀਂ ਅੱਗੇ ਜਾਂਦੇ ਜਾਓਗੇ ਇੱਥੋਂ ਦਾ ਜਿਹੜਾ ਪਾਣੀ ਦਾ ਡੈਪਥ ਹੈ ਨਾ ਉਹ ਵੱਧਦਾ ਜਾਏਗਾ, ਅਤੇ ਪਿੱਛੇ ਜਿੰਨਾ ਜਾਓਗੇ ਅਤੇ ਉਨਾ ਹੀ ਡੈਪਥ ਘੱਟਦਾ ਜਾਏਗਾ। ਇਹ ਪਿੱਛੇ ਤੁਹਾਨੂੰ ਵਾਟਰਫਾਲ ਦਾ ਏਰੀਆ ਵੀ ਮਿਲ ਜਾਏਗਾ, ਰੇਨ ਡਾਂਸ ਦਾ ਵੀ ਏਰੀਆ ਮਿਲ ਜਾਏਗਾ, ਅਤੇ ਹੋਰ ਵੀ ਬਹੁਤ ਜ਼ਿਆਦਾ ਸਲੈਡਸ ਹੈਗੀਆਂ ਨੇ ਇੱਥੇ, ਤੁਸੀਂ ਇੰਜੋਏ ਕਰ ਸਕਦੇ ਹੋ ਜੇ ਚਾਹੋ ਤਾਂ। ਕਾਫੀ ਵਧੀਆ ਤਰੀਕੇ ਨਾਲ ਸਾਰਾ ਦਾ ਸਾਰਾ ਵਾਟਰ ਪਾਰਕ ਬਣਾਇਆ, ਵਾਟਰ ਸਿਟੀ ਤੁਸੀਂ ਕਹਿ ਸਕਦੇ ਹੋ। 6 ਵਾਰ ਇੱਥੋਂ ਦੀ ਜਿਹੜੀ ਵੇਵਸ ਹੈਗੇ ਨੇ ਚੱਲਦੀਆਂ ਨੇ। ਮਜ਼ਾ ਆ ਗਿਆ ਭਾਈ ਸਾਹਿਬ, ਸਾਰੀ ਹੈ ਇਹ ਆਈ ਵੇਵ। ਦੇਖੋ ਸਾਰੇ ਕਿਵੇਂ ਇੰਜੋਏ ਕਰਦੇ ਪਏ ਨੇ, ਕੀ ਗੱਲ, ਫੁੱਲ ਇੰਜੋਏ ਹੋ ਰਿਹਾ, ਫੁੱਲ ਇੰਜੋਏ ਹੋ ਰਿਹਾ, ਕਿਆ ਬਾਤ ਹੈ। ਹਾਂਜੀ ਹੁਣ ਅਸੀਂ ਹੈਗੇ ਹਾਂ ਇੱਥੋਂ ਦੇ ਵਾਟਰਫਾਲ ਦੇ ਏਰੀਆ ਦੇ ਕੋਲ, ਅਤੇ ਇੱਥੇ ਤੁਹਾਨੂੰ ਅੰਬਰੇਲਾ ਸ਼ਾਵਰ ਮਿਲ ਜਾਏਗਾ, ਅਤੇ ਨਾਲ ਦੇ ਨਾਲ ਇੱਥੇ ਤੁਹਾਨੂੰ ਇੱਕ ਬਕਟ ਸ਼ਾਵਰ ਦਾ ਵੀ ਏਰੀਆ ਮਿਲ ਜਾਏਗਾ। ਇਹਦੇ 'ਚ ਜਦ ਪੂਰਾ ਪਾਣੀ ਭਰਦਾ ਅਤੇ ਥੱਲੇ ਪਾਣੀ ਆਉਂਦਾ, ਅਤੇ ਇੱਥੇ ਤੁਸੀਂ ਇੰਜੋਏ ਕਰ ਸਕਦੇ ਹੋ। ਪਿੱਛੇ ਤੁਹਾਨੂੰ ਇੱਕ ਵੱਡੀ ਸਲੈਡ ਵੀ ਮਿਲ ਜਾਏਗੀ ਟਿਊਬ ਵਾਲੀ, ਅਤੇ ਇਸ ਤੋਂ ਪਿੱਛੇ ਵੀ ਤੁਹਾਨੂੰ ਮੈਟ ਸਲੈਡਾਂ ਵੀ ਮਿਲ ਜਾਣਗੀਆਂ, ਅਤੇ ਬੋਡੀ ਸਲੈਡ ਵੀ ਹੈਗੇ ਜੋ ਤੁਸੀਂ ਕਰ ਸਕਦੇ ਹੋ। ਇਹ ਹੈਗਾ ਮਸ਼ਰੂਮ ਸ਼ਾਵਰ, ਅੰਬਰੇਲਾ ਸ਼ਾਵਰ ਵੀ ਕਹਿ ਸਕਦੇ ਹੋ। ਇਹਦੇ ਪਿੱਛੇ ਤੁਹਾਨੂੰ ਇੱਕ ਪੂਲ ਏਰੀਆ ਵੀ ਮਿਲ ਜਾਏਗਾ ਜਿਹਦੀ ਡੈਪਥ ਸਭ ਤੋਂ ਘੱਟ ਹੈਗੀ ਆ, ਵੇਵ ਪੂਲ 'ਚ ਹਜੇ ਵੇਵਸ ਚੱਲਦੀਆਂ ਪਈਆਂ ਨੇ। ਅਤੇ ਇਹ ਇੱਥੋਂ ਦਾ ਰੇਨਬੋ ਸ਼ਾਵਰ ਏਰੀਆ, ਇੱਥੋਂ ਤੁਸੀਂ ਉੱਪਰ ਵੀ ਜਾ ਸਕਦੇ ਹੋ ਜੇ ਚਾਹੋ ਤਾਂ। ਇਹ ਇੱਥੋਂ ਦਾ ਵਾਟਰਫਾਲ ਦਾ ਏਰੀਆ, ਕਾਫੀ ਵਧੀਆ ਇਹਨਾਂ ਨੇ ਬਣਾਇਆ ਹੋਇਆ। ਇੱਕ ਵਾਰ ਤੁਹਾਨੂੰ ਉੱਪਰ ਜਾ ਕੇ ਵਿਖਾ ਦਿੰਦੇ ਹਾਂ ਇੱਥੋਂ ਦਾ ਵਿਊ, ਕਿੰਨਾ ਕਮਾਲ ਦਾ ਵਿਊ ਹੈਗਾ ਹਾਰਡੀਜ਼ ਵਰਲਡ ਵਾਟਰ ਪਾਰਕ ਦਾ। ਇੱਕ ਤੁਸੀਂ ਥੱਲੇ ਵੀ ਵਾਟਰਫਾਲ ਦੇਖ ਸਕਦੇ ਹੋ ਅਤੇ ਉੱਪਰ ਵੀ ਤੁਹਾਨੂੰ ਮਿਲ ਜਾਏਗੀ। ਇਹ ਵੇਖੋ ਮੈਂ ਉੱਪਰ ਆ ਗਿਆ ਅਤੇ
ਇੱਥੇ ਵੀ ਤੁਸੀਂ ਵਾਟਰਫਾਲ ਦਾ ਐਕਸਪੀਰੀਅੰਸ ਕਰ ਸਕਦੇ ਹੋ। ਸਾਹਮਣੇ ਇੱਥੇ ਵੇਵ ਪੂਲ, ਇੱਥੇ ਬਕਟ ਸ਼ਾਵਰ, ਸਭ ਤੋਂ ਪਿੱਛੇ ਸਲਾਈਡ, ਲਾਫਿੰਗ ਬੁੱਢਾ ਵੀ ਹੈਗਾ। ਬੋਲ ਨਾਲ ਖੇਡ ਸਕਦੇ ਹੋ, ਬੋਲ ਖਰੀਦ ਕੇ। ਅਤੇ ਹੁਣ ਤੁਹਾਨੂੰ ਅਸੀਂ ਇੱਥੋਂ ਦੀ ਵੱਡੀ ਜਿਹੜੀ ਸਲਾਈਡ ਹੈਗੀ ਹੈ ਨਾ ਉਹ ਵਿਖਾ ਦਿੰਦੇ ਹਾਂ। ਅੰਦਰ ਇੱਥੇ ਰੇਨ ਡਾਂਸ ਦਾ ਏਰੀਆ ਵੀ ਬਣਿਆ ਹੈਗਾ, ਅੰਦਰ ਵੀ ਜਾ ਸਕਦੇ ਹੋ ਅਤੇ ਇੰਜੋਏ ਕਰ ਸਕਦੇ। ਅਤੇ ਜਿਹੜਾ ਸ਼ੋਰ ਵੀ ਹੈਗਾ ਨਾ ਥੋੜ੍ਹਾ ਜਿਹਾ, ਉਹ ਡਾਂਸ ਵਗੈਰਾ ਦਾ, ਉਹ ਮਿਊਜ਼ਿਕ ਵਗੈਰਾ ਦਾ, ਉਹ ਇੱਥੋਂ ਹੀ ਆਉਂਦਾ ਪਿਆ। ਅਸੀਂ ਹੁਣ ਬਿਲਕੁਲ ਪਿੱਛੇ ਆ ਗਏ ਹਾਂ ਹਾਰਡਿਸ ਵਰਲਡ ਵਾਟਰ ਪਾਰਕ ਦੇ, ਅਤੇ ਇੱਥੇ ਤੁਹਾਨੂੰ ਛੋਟੀ ਤੋਂ ਲੈ ਕੇ ਵੱਡੀਆਂ ਸਲੈਡਾਂ ਮਿਲ ਜਾਣਗੀਆਂ। ਇਹ ਵਾਲੀ ਤਾਂ ਦੋ ਛੋਟੀ ਸਲੈਡਾਂ ਹੈਗੀਆਂ ਨੇ, ਇੱਕ ਤਾਂ ਫੈਮਿਲੀ ਸਲੈਡ ਹੈ ਅਤੇ ਇੱਕ ਸਿੰਗਲ ਸਲੈਡ ਤੁਸੀਂ ਕਹਿ ਸਕਦੇ ਹੋ। ਅਤੇ ਜਿਹੜੀ ਵੱਡੀ ਸਲੈਡ ਹੈਗੀ ਨੇ ਨਾ ਇਹ ਵਾਲੀ ਟਨਲ ਵਾਲੀ, ਬੜੀ ਰੰਗ ਬਿਰੰਗੀ ਤੁਹਾਨੂੰ ਇਹਦੇ ਅੰਦਰ ਲਾਈਟਾਂ ਵਿਕਣਗੀਆਂ, ਅਤੇ ਫਿਰ ਤੁਸੀਂ ਸਲੈਡ ਕਰਦੇ ਹੋਏ ਬਿਲਕੁਲ ਅੱਗੇ ਤੱਕ ਜਾਓਗੇ। ਅਤੇ ਇਹ ਮੈਟ ਸਲੈਡ ਹੈਗੀ ਐਕਚੁਅਲੀ, ਇਹਦੇ ਪਿੱਛੇ ਦੋ ਹੋਰ ਕਾਫੀ ਫਾਸਟ ਸਪੀਡ ਵਾਲੀ ਸਲੈਡ ਹੈਗੀਆਂ ਨੇ, ਅਤੇ ਇਹ ਵੀ ਤੁਸੀਂ ਚਾਹੋ ਤਾਂ ਕਰ ਸਕਦੇ ਹੋ। ਇਸ ਪਾਸੇ ਇੱਕ ਹੋਰ ਸਲਾਈਡ ਹੈਗੀ ਹੈ, ਇਹਨੂੰ ਟਰਨੈਡੋ ਸਲੈਡ ਤੁਸੀਂ ਕਹਿ ਸਕਦੇ ਹੋ। ਉੱਥੋਂ ਤੁਸੀਂ ਆਓਗੇ ਗੋਲ ਗੋਲ ਘੁੰਮਦੇ ਹੋ ਸਿੱਧਾ ਪਾਣੀ ਦੇ ਅੰਦਰ, ਜਿਹੜੀ ਹੈ ਤੁਸੀਂ ਬਲੈਕ ਵਾਲੀ ਦੇਖ ਰਹੇ ਹੋ। ਅਤੇ ਨਾਲ ਦੇ ਨਾਲ ਇੱਥੇ ਤੁਹਾਨੂੰ ਇੱਕ ਹੋਰ ਟਿਊਬ ਸਲੈਡ ਮਿਲ ਜਾਏਗੀ ਜੋ ਕਿ ਇਸ ਪਾਸੇ ਆ, ਅਤੇ ਇੱਕ ਹੋਰ ਵਾਟਰਫਾਲ ਦਾ ਏਰੀਆ ਵੀ ਮਿਲ ਜਾਏਗਾ, ਅਤੇ ਬਕਟ ਸ਼ਾਵਰ ਦਾ ਵੀ ਏਰੀਆ ਮਿਲ ਜਾਏਗਾ। ਇਹ ਵਾਲਾ ਦੇਖੋ, ਇਹ ਇੱਥੇ ਇੱਕ ਹੋਰ ਵਾਟਰਫਾਲ ਹੈਗੀ ਹੈ, ਤੁਸੀਂ ਵੇਖ ਸਕਦੇ ਹੋ। ਬਾਕੀ ਇੱਕ ਹੋਰ ਪੂਲ ਦਾ ਏਰੀਆ ਤੁਹਾਨੂੰ ਇੱਥੇ ਮਿਲ ਜਾਏਗਾ। ਇਹ ਵਾਲੀ ਟਿਊਬ ਤੁਸੀਂ ਉੱਪਰ ਲੈ ਕੇ ਜਾ ਸਕਦੇ ਹੋ, ਅਤੇ ਸਿੰਗਲ ਟਿਊਬ ਸਲੈਡ ਤੁਸੀਂ ਕਰ ਸਕਦੇ ਹੋ ਇਹ ਵੱਡੇ ਵਾਲੇ ਟਾਵਰ ਦੇ ਉੱਪਰ ਜਾ ਕੇ, ਅਤੇ ਇੱਥੇ ਜਾ ਕੇ ਤੁਸੀਂ ਐਂਡ ਕਰੋਗੇ। ਇਹ ਆ ਗਏ ਥੱਲੇ, ਉੱਪਰ ਲੈ ਕੇ ਜਾਣੀ ਪਏਗੀ ਤੁਹਾਨੂੰ ਟਿਊਬ ਪੂਰਾ ਉੱਪਰ ਤੱਕ। ਗੋਲ ਗੋਲ ਘੁੰਮਦੇ ਹੋਏ ਤੁਸੀਂ ਥੱਲੇ ਆਓਗੇ, ਇਹ ਸਲੈਡ ਕਰਦੇ ਹੋਏ। ਕਾਫੀ ਵਧੀਆ ਸਲੈਡ ਬਣਾਈ ਹੈਗੀ, ਸਭ ਤੋਂ ਲੰਬੀ ਅਤੇ ਵੱਡੀ ਸਲੈਡ ਇਹੀ ਹੈਗੀ ਹੈ ਹਾਰਡਿਸ ਵਰਲਡ ਵਾਟਰ ਪਾਰਕ ਦੀ। ਸਿੱਧਾ ਇਹ ਵਾਲੇ ਪੂਲ ਦੇ ਅੰਦਰ ਤੁਸੀਂ ਜਾਓਗੇ। ਇਹ ਵੇਖੋ ਉੱਪਰ ਜਾ ਰਹੇ ਨੇ ਇਹ ਸਲੈਡ ਕਰਨ, ਦੇਖਣਾ ਕਿੰਝ ਸਲੈਡ ਕਰਦੇ ਹੋਏ ਥੱਲੇ ਆਉਣਗੇ। ਅਸੀਂ ਬਿਲਕੁਲ ਉੱਪਰ ਆ ਗਏ ਹਾਂ ਇਹ ਵਾਲੇ ਟਾਵਰ ਦੇ, ਅਤੇ ਸਲੈਡ ਕਰਨ ਜਾ ਰਹੇ ਨੇ ਥੱਲੇ। ਇਹ ਵਾਲੀ ਮੈਟ ਵਾਲੀ ਸਲੈਡ ਕਰਨਗੇ, ਅਤੇ ਇਹ ਵਾਲੀ ਸਭ ਤੋਂ ਵੱਡੀ ਬੋਡੀ ਸਲੈਡ ਹੈ। ਦੇਖੋ ਇਹ ਵੱਡੀ ਸਲੈਡ ਹੈਗੇ ਨੇ ਜੋ ਤੁਸੀਂ ਕਰ ਸਕਦੇ ਹੋ ਉੱਥੋਂ। ਮੈਟ ਤੁਹਾਨੂੰ ਇੱਥੇ ਰੱਖਣਾ ਹੋਏਗਾ, ਅਤੇ ਗੋਲ ਗੋਲ ਘੁੰਮਦੇ ਹੋਏ ਬਿਲਕੁਲ ਜਾਓਗੇ ਥੱਲੇ। ਇਸ ਤੋਂ ਇਲਾਵਾ ਇਹ ਵਾਲੀ ਜਿਹੜੀ ਸਲੈਡ ਤੁਸੀਂ ਵੇਖ ਰਹੇ ਹੋ, ਇਹ ਬਲੈਕ ਵਾਲੀ, ਇਹ ਤੁਸੀਂ ਇੱਥੋਂ ਜਾਓਗੇ ਅਤੇ ਗੋਲ ਗੋਲ ਘੁੰਮਦੇ ਸਿੱਧਾ ਪਾਣੀ ਦੇ ਅੰਦਰ। ਇੰਨੀ ਤੇਜ਼ ਸਪੀਡ 'ਚ ਗਏ ਅੱਗੇ ਤੱਕ, ਉਹ ਬਿਲਕੁਲ ਉੱਪਰ ਤੱਕ ਚਲੇ ਗਏ। ਇਹ ਵਾਲੀ ਟਾਵਰ ਦੇ ਫਸਟ ਫਲੋਰ ਤੋਂ ਤੁਸੀਂ ਇਹ ਦੋ ਸਲੈਡਾਂ ਵੀ ਕਰ ਸਕਦੇ ਹੋ, ਇਹ ਵਾਲੀ ਬੋਡੀ ਸਲੈਡ ਹੈ, ਅਤੇ ਦੂਜੀ ਇਹ ਵਾਲੀ ਸਲੈਡ ਹੈਗੀ ਹੈ, ਇਹ ਵਾਲੀ ਹੈਗੀ ਹੈ ਬਲੈਕ ਹੋਲ ਸਲੈਡ। ਕੀ ਨਾਮ ਹੈ? ਹਾਂ ਬਲੈਕ ਹੋਲ ਨਾਮ ਹੈਗਾ ਇਹ ਵਾਲੀ ਸਲੈਡ ਦਾ। ਅਤੇ ਇੱਥੋਂ ਤੁਸੀਂ ਜਾਓਗੇ
ਫਿਰ ਗੋਲ ਗੋਲ ਘੁੰਮਦਾ ਸਿੱਧਾ ਪਾਣੀ ਦੇ ਅੰਦਰ, ਬੜੀ ਵਧੀਆ ਸਲੈਡ ਆ, ਬਹੁਤ ਤੇਜ਼ ਸਪੀਡ ਵੱਧ ਜਾਂਦੀ ਹੈ ਇਹਦੇ, ਮੈਂ ਜਾਣ ਵਾਲੇ ਥੱਲੇ ਰੈਡੀ ਵੇਖਣਾ ਕਿਵੇਂ ਸਲੈਡ ਕਰਦੇ ਥੱਲੇ, ਛੋਟੀ ਵਾਲੀ ਸਲੈਡ ਹੈਗੀ ਆ। ਇਸ ਤਰੀਕੇ ਦਾ ਇੱਕ ਫੂਡ ਕੂਪਨ ਤੁਹਾਨੂੰ ਮਿਲੇਗਾ, ਇਹਦਾ ਯੂਜ ਕਰਕੇ ਤੁਸੀਂ ਖਾ ਪੀ ਸਕਦੇ ਹੋ, ਬਫਟ ਲੰਚ ਕਰ ਸਕਦੇ ਹੋ, ਇੱਕ ਤੋਂ ਲੈ ਕੇ 4 ਵਜੇ ਦੇ ਵਿੱਚ ਤੁਸੀਂ ਖਾ ਪੀ ਪਾਓਗੇ। ਇਹ ਹੈਗਾ ਇੱਥੋਂ ਦਾ ਫੂਡ ਕੈਫੇ, ਅਤੇ ਜੇ ਘੱਟ ਤੁਹਾਡੇ ਕੋਲ ਫੂਡ ਕੂਪਨ ਹੈ ਤਾਂ ਇਹਦਾ ਯੂਜ ਕਰਕੇ ਤੁਸੀਂ ਬਫਟ ਲੰਚ ਖਾ ਪਾਓਗੇ। ਇਹਦੇ ਵਿੱਚ ਤੁਹਾਨੂੰ ਨੌਨ ਵੈਜ ਅਤੇ ਵੈਜ ਆਪਸ਼ਨਸ ਮਿਲ ਜਾਣਗੇ, ਸਾਰਾ ਬੈਠ ਕੇ ਖਾਣ ਪੀਣ ਦਾ ਏਰੀਆ ਤੁਹਾਨੂੰ ਇੱਥੇ ਮਿਲ ਜਾਏਗਾ। ਹੈਗਾ ਇੱਥੋਂ ਦਾ ਬਫਟ ਲੰਚ, ਅਤੇ ਬਫਟ ਲੰਚ ਅਤੇ ਵੈਜ ਆਪਸ਼ਨ ਤੁਹਾਨੂੰ ਇਹ ਮਿਲੇਗਾ, ਚੌਮਿਨ ਨਾਲ ਚੌਲ, ਅਤੇ ਇਹ ਸ਼ਾਇਦ ਵੈਜ ਮਨਚੂਰੀਅਨ ਹੈ, ਇਹਦੇ ਨਾਲ ਤੁਹਾਨੂੰ ਮਟਰ ਪਨੀਰ, ਦਾਲ ਮੱਖਣੀ ਅਤੇ ਰੋਟੀ ਮਿਲੇਗੀ। ਇਹ ਸਾਰਾ ਯਹਾਂ ਕਾ ਫੂਡ ਕੋਰਟ ਕਹਿ ਰਹੀ ਹੈ, ਯਹਾਂ ਪੇ ਕਈ ਚੀਜ਼ ਆਪ ਖਾ ਸਕਤੇ ਹੈ, ਲੇਕਿਨ ਯੇ ਜੋ ਹੈ ਯੇ ਸੈਪਰੇਟ ਹੈ, ਯੇ ਪੇਡ ਹੈ, ਇਧਰ ਆਪ ਬੈਵਰੇਜਿਸ, ਕਾਫੀ ਸ਼ੇਕਸ, ਮੋਕਟੇਲਸ, ਕੁਇਕ ਬਾਈਟਸ ਹੋ ਗਏ, ਬਰਗਰ, ਸੈਂਡਵਿਚਸ, ਪੀਜ਼ਾ, ਇਹ ਸਭ ਆਪ ਯਹਾਂ ਪੇ ਖਾ ਪਾਏਗੇ। ਅਸੀਂ ਤੁਹਾਨੂੰ ਇੱਥੇ ਦਾ ਵਾਟਰ ਪਾਰਕ ਦਾ ਏਰੀਆ ਦਿਖਾ ਦਿੱਤਾ, ਅਤੇ ਹੁਣ ਅਸੀਂ ਤੁਹਾਨੂੰ ਇੱਥੇ ਦਾ ਐਮਿਊਜ਼ਮੈਂਟ ਪਾਰਕ ਦਾ ਏਰੀਆ ਦਿਖਾਉਣ ਜਾ ਰਹੇ ਹਾਂ। ਵੇਅ ਪੂਲ ਦੇ ਇਸ ਪਾਸੇ ਤੁਹਾਨੂੰ ਐਮਿਊਜ਼ਮੈਂਟ ਪਾਰਕ ਦੇ ਅੰਦਰ ਜਾਣ ਦੀ ਐਂਟਰੀ ਮਿਲ ਜਾਏਗੀ। ਐਮਿਊਜ਼ਮੈਂਟ ਪਾਰਕ ਨੂੰ ਡਰਾਈ ਪਾਰਕ ਵੀ ਕਹਿੰਦੇ ਨੇ, ਅਤੇ ਸਾਰੀ ਦੀ ਸਾਰੀ ਰਾਈਡ ਤੁਹਾਨੂੰ ਅਸੀਂ ਇੱਥੋਂ ਦੀ ਦਿਖਾਉਣ ਵਾਲੇ ਹਾਂ। ਚਲੋ ਚੱਲਦੇ ਹਾਂ ਅੰਦਰ ਐਮਿਊਜ਼ਮੈਂਟ ਪਾਰਕ ਦੇ ਏਰੀਆ ਦੇ ਅੰਦਰ। ਸਭ ਤੋਂ ਪਹਿਲੀ ਰਾਈਡ ਤੁਹਾਨੂੰ ਇਹ ਵਾਲੀ ਵਿਖੇਗੀ, ਇਹ ਹੈਗੀ ਹੈ ਟਾਵਰ ਰਾਈਡ, ਤੁਸੀਂ ਕਹਿ ਸਕਦੇ ਹੋ, ਅਸੀਂ ਕੁਝ ਨਾਮ ਹੈਗਾ, ਅਤੇ ਇਹਦੇ ਤੁਸੀਂ ਬੈਠੋਗੇ, ਫਿਰ ਇਹ ਉੱਪਰ ਨੂੰ ਜਾਏਗੀ, ਤੁਸੀਂ ਦੂਰ ਤੋਂ ਹੀ ਆ ਰਹੋਗੇ ਤਾਂ ਤੁਹਾਨੂੰ ਇਹ ਰਾਈਡ ਦਿਖ ਜਾਏਗੀ। ਹਾਰਡੀਜ਼ ਵਰਲਡ ਦੀ ਸਭ ਤੋਂ ਪਹਿਲੀ ਰਾਈਡ ਇਹੀ ਹੈਗੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਕਈ ਰਾਈਡ ਤੁਹਾਨੂੰ ਮਿਲ ਜਾਣਗੀਆਂ, ਬੁਲ ਰਾਈਡਿੰਗ ਵੀ ਤੁਸੀਂ ਕਰ ਸਕਦੇ ਹੋ ਇੱਥੇ, ਹੋਰ ਵੀ ਕਈ ਸੈਲਫੀ ਪੁਆਇੰਟ ਤੁਹਾਨੂੰ ਇੱਥੇ ਮਿਲ ਜਾਣ। ਉੱਪਰ ਜਾਏਗੀ ਧੀਰੇ ਧੀਰੇ, ਬਿਲਕੁਲ ਉੱਪਰ ਤੱਕ ਤੁਸੀਂ ਜਾਓਗੇ, ਦੇਖੋ ਆਲਮੋਸਟ ਪਹੁੰਚਣ ਵਾਲਾ, ਡਰੋਪ ਪਾਉਣ ਵਾਲਾ ਹੈ। ਅਤੇ 3, 2, 1 ਹੁਣ ਆਏਗਾ ਡਰੋਪ। ਓਏ ਹੋਏ ਹੋਏ, ਜੇ ਤੁਸੀਂ ਬੈਠੋਗੇ ਨਾ ਤਾਂ ਤੁਹਾਨੂੰ ਪਤਾ ਚੱਲਿਆ ਕਿੰਨੀ ਕਮਾਲ ਦੀ ਰਾਈਡ ਹੈਗੀ ਆ। ਸੈਲਫੀ ਪੁਆਇੰਟ ਬਹੁਤ ਜ਼ਿਆਦਾ ਦਿਖ ਜਾਣਗੇ ਤੁਹਾਨੂੰ, ਅਤੇ ਇੱਥੇ ਤੁਸੀਂ ਸਾਹਮਣੇ ਵੇਖ ਸਕਦੇ ਹੋ ਮਗਰਮੱਛ ਦਾ ਪੁਆਇੰਟ ਬਣਾਇਆ ਹੋਇਆ, ਅਤੇ ਹੋਰ ਵੀ ਬਹੁਤ ਸੈਲਫੀ ਪੁਆਇੰਟ ਹੈਗੇ ਨੇ। ਅਗਲੀ ਜਿਹੜੀ ਰਾਈਡ ਹੈਗੀ ਇੱਥੇ ਹੈਗੀ ਹੈ ਰੋਲਰ ਕੋਸਟਰ ਰਾਈਡ, ਅਤੇ ਚਲੋ ਕਰਦੇ ਹਾਂ ਅਸੀਂ ਇਹ ਵਾਲੀ ਰਾਈਡ। ਇਹ ਵੇਖੋ ਇੰਝ ਰੋਲਰ ਕੋਸਟਰ ਜਿਹਾ ਬਣਾਇਆ ਗਿਆ, ਉੱਪਰ ਤੱਕ ਜਾਓਗੇ ਫਿਰ ਇੱਕਦਮ ਸਪੀਡ ਵਧੇਗੀ, ਫਿਰ ਘੁੰਮਦੇ ਹੋਏ ਤੁਸੀਂ ਇੱਕ ਰਾਊਂਡ ਲੈ ਸਕਦੇ ਹੋ। ਬਹੁਤ ਹੀ ਵਧੀਆ ਰਾਈਡ ਹੈਗੀ ਹੈ, ਤੁਹਾਨੂੰ ਐਮਿਊਜ਼ਮੈਂਟ ਪਾਰਕ ਦੇ ਏਰੀਆ 'ਚ ਮਿਲ ਜਾਏਗੀ। ਅਗਲੀ ਰਾਈਡ ਇੱਥੋਂ ਦੀ ਐਵਲੀ ਰਾਈਡ, ਇਹਦਾ ਨਾਮ ਹੈਗਾ ਫੈਰਿਸ ਵੀਲ ਰਾਈਡ, ਅਤੇ ਇਹਦੇ ਵਿੱਚ ਤੁਸੀਂ ਬੈਠੋਗੇ ਅਤੇ ਗੋਲ ਗੋਲ ਚੱਲਦੀ ਹੈਗੀ, ਤੁਹਾਨੂੰ ਪਤਾ ਹੀ ਹੋਊਗਾ ਕਿਸ ਤਰੀਕੇ ਨਾਲ ਚੱਲਦੀ ਹੈ, ਬੜੀ ਮਜ਼ੇਦਾਰ ਇੰਜੋਏਬਲ ਰਾਈਡ ਹੈਗੀ ਆ। ਓ ਭਾਈ ਸਾਹਿਬ, ਇੱਕ ਤੋਂ ਬੈਠ ਕੇ ਭਾਈ ਸਾਹਿਬ, ਓਏ 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 ਓਏ, ਇਹ ਬੜੀ ਜ਼ਬਰਦਸਤ ਸਪੀਡ ਹੈਗੀ ਇਹਦੀ, ਕੀ ਬਾਤ ਹੈ ਭਾਈ ਸਾਹਿਬ। ਇਹ ਹੈਗੀ ਫੈਰਿਸ ਵੀਲ ਸਲਾਈਡ,
ਤੇ ਬਹੁਤ ਹੀ ਵਧੀਆ ਯਾਰ ਆਪਾਂ ਜ਼ਿਆਦਾਤਰ ਮੇਲੇ 'ਚ ਕਰਦੇ ਹਾਂ ਸਲਾਈਡ ਅਤੇ ਬਹੁਤ ਹੀ ਵਧੀਆ ਯਾਰ ਆਪਾਂ ਇੱਧਰ ਆ ਕੇ ਕਰ ਰਹੇ ਹੁਣ ਹੋਏ 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 ਇੱਥੇ ਤੁਸੀਂ ਚਾਹੋ ਤੇ ਇਹ ਵਾਲੀ ਰਾਈਡ ਵੀ ਲੈ ਸਕਦੇ ਹੋ। ਹੈਗੀ ਹੈ ਕਿਹੜੀ ਬੁੱਲ ਐਕਟੀਵਿਟੀ ਕਹਿ ਸਕਦੇ ਹੋ ਇਹਨੂੰ? ਬੁੱਲ ਰਾਈਡ, ਬੁੱਲ ਰਾਈਡ। ਇਹ ਰਾਈਡ ਕਿੱਥੋਂ ਹੈਗੀ ਹੁਣ? ਯਾਰ ਰਾਈਡ ਹੈਗੀ ਆ ਨਾ ਉਹ, ਕਿਉਂਕਿ ਬੜੀ ਅਜੀਬ ਤਰੀਕੇ ਨਾਲ ਚੱਲਦੀ ਹੈਗੀ। ਤੁਸੀਂ ਬੈਠੋ ਤੁਸੀਂ ਤੁਹਾਨੂੰ ਪਤਾ ਚੱਲੇਗਾ। ਓਏ ਹੋਏ 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 ਰੈਡੀ ਹੈ ਇੱਕਦਮ। ਚਲੋ ਬਈ ਇੱਕਦਮ ਫੁੱਲ ਸਪੀਡ। ਚਲੋ 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 ਓਏ 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 ਹੋਰ ਹੀ ਗਿਰ ਗਿਆ ਨੀਚੇ। ਪਰ ਮਜ਼ਾ ਆਇਆ ਯਾਰ, ਤੁਸੀਂ ਵੀ ਆ ਸਕਦੇ ਹੋ ਇੰਜੋਏ ਕਰਨ ਵਾਸਤੇ ਵਾਲੀ ਰਾਈਡ ਨੂੰ। ਤੇ ਚਲੋ ਚੱਲਦੇ ਹਾਂ ਅੱਗੇ ਦੀ ਤਰ੍ਹਾਂ। ਬਹੁਤ ਜ਼ਿਆਦਾ ਸੈਲਫੀ ਪੁਆਇੰਟ ਤੁਹਾਨੂੰ ਅੰਦਰ ਵੇਖ ਜਾਣਗੇ, ਉੱਥੇ ਫੋਟੋ ਖਿਚਵਾ ਸਕਦੇ ਹੋ ਆਪਣੀ। ਇਹ ਵੇਖੋ ਟੀਰੈਕਸ ਨਾਲ ਵੀ ਤੁਸੀਂ ਚਾਹੋ ਤਾਂ ਫੋਟੋ ਖਿਚਵਾ ਸਕਦੇ ਹੋ। ਬਾਕੀ ਛੋਟੇ ਬੱਚਿਆਂ ਦੇ ਝੂਲੇ ਵਗੈਰਾ ਵੀ ਮਿਲ ਜਾਣਗੇ ਤੁਹਾਨੂੰ ਇੱਥੇ। ਇੱਕ ਕਾਫੀ ਵੱਡਾ ਜਿਹਾ ਝੂਲਾ ਲੱਗਿਆ ਜਿੱਥੇ ਸਲਾਈਡ ਵਗੈਰਾ ਤੁਹਾਨੂੰ ਮਿਲ ਜਾਣਗੀਆਂ। ਅਤੇ ਹਜੇ ਜਿਹੜਾ ਸ਼ੋਰ ਤੁਹਾਨੂੰ ਸੁਣਾਈ ਦੇ ਰਿਹਾ, ਇੱਥੇ ਦੀ ਟ੍ਰੇਨ ਦਾ ਸ਼ੋਰ ਹੈਗਾ। ਉਹ ਤੁਹਾਨੂੰ ਪਤਾ ਨਹੀਂ ਦਿਖ ਰਹੀ ਨਹੀਂ ਦਿਖ ਰਹੀ, ਟ੍ਰੇਨ ਜਾ ਰਹੀ ਹੈਗੀ ਹੈ। ਕਾਫੀ ਲੰਬਾ ਚੱਕਰ ਤੁਸੀਂ ਕੱਟ ਸਕਦੇ ਹੋ ਅਤੇ ਇੱਥੇ ਜੇ ਤੁਸੀਂ ਚਾਹੋ ਤਾਂ ਇਹ ਵਾਲੀ ਰਾਈਡ ਦਾ ਵੀ ਮਜ਼ਾ ਲੈ ਸਕਦੇ। ਬੈਠੋਗੇ ਤਾਂ ਉੱਪਰ ਜਾਏਗੀ ਅਤੇ ਗੋਲ ਗੋਲ ਘੁੰਮੇਗੀ। ਬੜੀ ਇੰਜੋਏਬਲ ਰਾਈਡ ਹੈਗੀ ਇਹ ਵਾਲੀ, ਕਾਫੀ ਇੰਜੋਏਬਲ ਰਾਈਡ ਹੈ ਅਤੇ ਸਪੀਡ ਇਹਦੇ 'ਤੇ ਕਾਫੀ ਵੱਧ ਜਾਂਦੀ ਹੈ। ਪਾਸੇ ਤੁਹਾਨੂੰ ਦਿਖੇਗਾ ਹੋਰਰ ਹਾਊਸ। ਹੋਰਰ ਹਾਊਸ ਦੀ ਐਂਟਰੀ ਇੱਥੋਂ ਹੈਗੀ ਹੈ ਅਤੇ ਚਲੋ ਹੋਰਰ ਹਾਊਸ ਦੇ ਅੰਦਰ ਅਸੀਂ ਚੱਲਦੇ ਹਾਂ। ਅਤੇ ਅਸੀਂ ਆ ਗਏ ਹਾਂ ਹੋਰਰ ਹਾਊਸ ਦੇ ਅੰਦਰ। ਅਤੇ ਹੋਰਰ ਹਾਊਸ ਦੇ ਅੰਦਰ ਤੁਹਾਨੂੰ ਇਹ ਗੱਡੀ 'ਤੇ ਪੈਣਾ ਹੋਏਗਾ ਅਤੇ ਅੰਦਰ ਜਾ ਕੇ ਤੁਹਾਨੂੰ ਬੜਾ ਡਰਾਵਨਾ ਕਾਫੀ ਕੁਝ ਦੇਖਣ ਨੂੰ ਮਿਲੇਗਾ। ਚਲੋ ਕਰਦੇ ਹਾਂ ਅਸੀਂ ਇਹ ਵਾਲੀ ਰਾਈਡ। ਅਤੇ ਹੁਣ ਅਸੀਂ ਬਹਿ ਗਏ ਹਾਂ ਇਹ ਵਾਲੀ ਰਾਈਡ 'ਤੇ ਅਤੇ ਦੇਖਦੇ ਹਾਂ ਕੀ ਅੰਦਰ ਨੂੰ ਦੇਖਣ ਨੂੰ ਮਿਲਦਾ। ਓਏ ਇਹ ਕੀ ਬੜਾ ਡਰਾਵਨਾ ਹੈਗਾ ਯਾਰ, ਤੇ ਨਹੀਂ ਹੈਗਾ ਕੁਛ। ਓਏ ਬੜੀ ਡਰਾਵਨੀ ਰਾਈਡ ਸੀਗੀ ਲੇਕਿਨ ਮਜ਼ੇਦਾਰ। ਅਗਲੀ ਰਾਈਡ ਹੈ ਇੱਥੇ ਦੀ, ਇਹ ਵਾਲੀ ਰਾਈਡ ਹੈਗੀ ਕੋਲੰਬਸ ਰਾਈਡ। ਕਾਫੀ ਉੱਪਰ ਤੱਕ ਚਲੀ ਜਾਂਦੀ। ਅਗਲੀ ਰਾਈਡ ਇੱਥੇ ਦੀ ਹੈਗੀ ਹੈ ਵਾਟਰ ਸ਼ੂਟ ਰਾਈਡ। ਅਤੇ ਵਾਟਰ ਸ਼ੂਟ ਰਾਈਡ 'ਚ ਕੀ ਹੈ ਕਿ ਪਹਿਲੇ ਤੁਸੀਂ ਇਹਦੇ 'ਤੇ ਬੈਠੋਗੇ, ਜਿਹੜੀ ਰਾਈਡ ਜੀ ਤੁਹਾਨੂੰ ਦਿਖ ਰਹੀ ਹੈ, ਫਿਰ ਸਿੱਧਾ ਉੱਪਰ ਤੱਕ ਜਾਓਗੇ ਤਾਂ ਗੋਲ ਘੁੰਮਦੇ ਹੋਏ ਸਿੱਧਾ ਪਾਣੀ 'ਚ ਆਓਗੇ ਤਾਂ ਬਹੁਤ ਵੱਡਾ ਸਪਲੈਸ਼ ਹੋਏਗਾ ਇੱਥੇ। ਅਤੇ ਫਿਰ ਘੁੰਮਦੇ ਹੋਏ ਵਾਪਸ ਤੁਸੀਂ ਇੱਥੇ ਤੱਕ ਆ ਜਾਓ। ਚਲੋ ਬਾਈ ਕਰਦੇ ਹਾਂ ਰਾਈਡ।
ਭਾਈ ਬਹੁਤ ਹੀ ਬੜੀਆ ਮਜ਼ਾ ਆ ਗਿਆ। ਇਹ ਦੇਖੋ ਬੱਚਿਆਂ ਦੀ ਵੀ ਰਾਈਡ ਮਿਲ ਜਾਏਗੀ, ਛੋਟੀ ਜਿਹੀ ਟ੍ਰੇਨ ਰਾਈਡ ਹੈਗੀ, ਟੋਏ ਟ੍ਰੇਨ, ਵੱਡੀ ਵਾਲੀ ਵੀ ਮਿਲ। ਅਗਲੀ ਰਾਈਡ ਯਹਾਂ ਪੇ ਇਹ ਵਾਲੀ ਰਾਈਡ ਹੈ ਔਰ ਇਸਮੇ ਵੀ ਬੈਠ ਕੇ ਆਪ ਇੰਜੋਏ ਕਰ ਸਕਤੇ ਹੈਂ। ਬਹੁਤ ਹੀ ਅਜੀਬ ਤਰੀਕੇ ਸੇ ਚਲਤੀ ਹੈ। ਅਗਲੀ ਰਾਈਡ ਇੱਥੋਂ ਦੀ ਇਹ ਬ੍ਰੇਕ ਡਾਂਸ ਰਾਈਡ ਹੈਗੀ ਹੈ, ਇਹਦੇ 'ਤੇ ਬੈਠ ਸਕਦੇ ਹੋ ਤੁਸੀਂ ਅਤੇ ਬੜੀ ਅਜੀਬ ਤਰੀਕੇ ਨਾਲ ਚੱਲਦੀ ਹੈ, ਅਤੇ ਬਾਕੀ ਛੋਟੇ ਬੱਚਿਆਂ ਦੀ ਵੀ ਰਾਈਡ ਤੁਹਾਨੂੰ ਇੱਥੇ ਮਿਲ ਜਾਏ, ਹੋਰ ਬੱਚਿਆਂ ਦੇ ਕਈ ਰਾਈਡ ਮਿਲ ਜਾਣਗੇ ਤੁਹਾਨੂੰ ਇੱਥੇ। ਮੈਰੀ ਗੋ ਰਾਊਂਡ ਰਾਈਡ ਹੈਗੀ ਹੈ ਅਤੇ ਬੱਚਿਆਂ ਦੇ ਸੈਲਫੀ ਪੁਆਇੰਟ ਵੀ ਮਿਲ ਜਾਣਗੇ। ਹੁਣ ਅਸੀਂ ਤੁਹਾਨੂੰ ਇੱਥੋਂ ਦੇ ਟੋਏ ਟ੍ਰੇਨ ਸਟੇਸ਼ਨ ਦੇ ਕੋਲ ਲੈ ਕੇ ਆ ਗਏ ਹਾਂ, ਅਤੇ ਇਹ ਬਹੁਤ ਹੀ ਵਧੀਆ ਟ੍ਰੇਨ ਹੈ, ਇਹਦੇ 'ਤੇ ਤੁਸੀਂ ਬੈਠੋਗੇ ਅਤੇ ਸਾਰਾ ਦਾ ਸਾਰਾ ਰਾਊਂਡ ਕੱਟ ਸਕਦੇ ਹੋ ਹਾਰਡੀਜ ਵਰਲਡ ਦੇ ਅਮਿਊਜ਼ਮੈਂਟ ਯਾਨੀ ਡਰਾਈਵ ਪਾਰਕ ਦੇ ਏਰੀਆ ਦਾ। ਇਹ ਰਹੀ ਸਾਹਮਣੇ ਟੋਏ ਟ੍ਰੇਨ ਰਾਈਡ, ਇਸ ਤਰੀਕੇ ਦੀ ਟ੍ਰੇਨ ਰਾਈਡ ਹੈਗੀ ਆ। ਚਲੋ ਬਹਿੰਦੇ ਹਾਂ ਇਹਦੇ 'ਤੇ। ਚਲੋ ਬਾਈ, ਸ਼ੁਰੂ ਹੋ ਗਈ ਹੈ ਸਾਡੀ ਟ੍ਰੇਨ ਰਾਈਡ ਅਤੇ ਜਸਟ ਨਿਕਲੇ ਹਾਂ ਅਸੀਂ ਇੱਥੋਂ। ਅੱਗੋ ਕਾਟਿੰਗ ਟਰੈਕ ਹੈਗਾ ਸਾਹਮਣੇ ਅਤੇ ਬੱਚਿਆਂ ਦੀ ਕੀ ਰਾਈਡ ਤੁਹਾਨੂੰ ਵਿਖਣਗੀਆਂ ਇੱਥੇ, ਔਰ ਅੱਗੇ ਦਾ ਨਜ਼ਾਰਾ ਤੁਹਾਨੂੰ ਦਿਖਾਉਂਦੇ ਹਾਂ। ਇਹ ਬਿਲਕੁਲ ਬਾਰਡਰ ਹੈਗਾ ਹੈ ਵਾਟਰ ਅਤੇ ਅਮਿਊਜ਼ਮੈਂਟ ਪਾਰਕ ਦੇ ਏਰੀਆ ਦਾ। ਇਹ ਵੇਖੋ ਸਾਰਾ ਵਾਟਰ ਪਾਰਕ ਦਾ ਏਰੀਆ ਇੱਥੇ ਆ ਗਿਆ। 6:30 ਵਜੇ ਵਾਟਰ ਪਾਰਕ ਬੰਦ ਹੋ ਜਾਂਦਾ, ਹੋਰ ਬਾਕੀ ਝੂਲੇ ਤੁਹਾਨੂੰ ਇੱਥੇ ਮਿਲ ਜਾਣਗੇ। ਸਾਰੇ ਬੱਚਿਆਂ ਦੇ ਝੂਲੇ ਆ ਗਏ ਨੇ, ਤੁਸੀਂ ਵੇਖ ਸਕਦੇ ਹੋ ਕਿੰਨੇ ਸਾਰੇ ਇੰਜੋਏ ਕਰਦੇ ਪਏ ਨੇ, ਸਾਰੇ ਬੱਚਿਆਂ ਦੇ ਝੂਲੇ ਨੇ। ਇਹ ਵੀ ਬੱਚਿਆਂ ਦਾ ਝੂਲਾ ਹੈ, ਅੱਗੇ ਵੀ ਬੱਚਿਆਂ ਦਾ ਝੂਲਾ। ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਇੱਥੇ ਮਿਕੀ ਮਾਊਸ, ਮਿਨੀ ਮਾਊਸ ਅਤੇ ਗੁਫੀ ਹੈ। ਪਿੱਛੇ ਹੈਗੇ ਆ ਐਫਿਲ ਟਾਵਰ, ਤਾਂ ਇੱਥੇ ਫੋਟੋ ਖਿਚਵਾ ਸਕਦੇ ਤੁਸੀਂ ਆਪਣੇ। ਇਹ ਨਵਾਂ ਏਰੀਆ ਖੁੱਲ੍ਹਿਆ ਹੈਗਾ ਹਾਰਡੀਜ਼ ਵਰਲਡ ਦੇ ਪਾਰਕ 'ਚ, ਅਤੇ ਇੱਥੇ ਤੁਸੀਂ ਗੋ ਕਾਰਟਿੰਗ ਵੀ ਕਰ ਸਕਦੇ ਹੋ। ਇਹਦੇ ਤੁਸੀਂ ਬੈਠੋਗੇ, ਇਹ ਕਾਰਟ ਹੈਗਾ ਅਤੇ ਫਿਰ ਤੁਸੀਂ ਪੂਰਾ ਦਾ ਪੂਰਾ ਇਹ ਜਿਹੜਾ ਏਰੀਆ ਹੈਗਾ ਗੋ ਕਾਰਟਿੰਗ ਕਰਨ ਦਾ, ਇੱਥੇ ਤੁਸੀਂ ਗੋ ਕਾਰਟਿੰਗ ਕਰ ਸਕਦੇ ਹੋ। ਤੁਹਾਨੂੰ ਸੇਫਟੀ ਬੈਲਟ ਅਤੇ ਹੈਲਮੇਟ ਵਗੈਰਾ ਵੀ ਮਿਲ ਜਾਏਗਾ, ਅਤੇ ਇਹਦੀ ਜਿਹੜੀ ਟਿਕਟ ਹੈਗੀ ਉਹ ਸੈਪਰੇਟ ਹੁੰਦੀ ਹੈਗੀ ਹੈ, ਅਤੇ ਉਹ ਖਰੀਦ ਕੇ ਤੁਸੀਂ ਇੱਥੇ ਗੋ ਕਾਰਟਿੰਗ ਕਰ ਪਾਓਗੇ। ਅਸੀਂ ਬਾਹਰ ਆ ਗਏ ਹਾਂ ਹਾਰਡੀਜ਼ ਵਰਲਡ ਪਾਰਕ ਦੇ। ਕਿੱਦਾਂ ਦਾ ਲੱਗਿਆ ਪਾਰਕ ਬਾਈ ਜੀ? ਬਹੁਤ ਹੀ ਵਧੀਆ ਵਾਟਰ ਪਾਰਕ ਹੈਗਾ, ਨਾਲ ਆਪਾਂ ਐਮਿਊਜ਼ਮੈਂਟ ਪਾਰਕ ਦੇ ਵੀ ਇੰਜੋਏ ਕੀਤੇ, ਅਤੇ ਜਿਹੜਾ ਫੂਡ ਕੋਰਟ ਸੀਗਾ ਨਾ ਇੱਥੇ, ਜਿਹੜਾ ਆਪਾਂ ਫੂਡ ਦੇ ਇੰਜੋਏ ਕੀਤੇ, 5-star ਫੇਲ ਸੀਗਾ, ਬਹੁਤ ਹੀ ਟੇਸਟੀ ਫੂਡ ਸੀ, ਬਹੁਤ ਹੀ ਵਧੀਆ ਸੀ। ਅਤੇ ਇੱਥੇ ਦੀ ਜਿੰਨੀਆਂ ਵੀ ਰਾਈਡ ਸੀ ਮੈਨੂੰ ਬਹੁਤ ਵਧੀਆ ਲੱਗੀਆਂ, ਅਤੇ ਇੱਕਦਮ ਕੁਆਲਿਟੀ ਰਾਈਡਸ ਹੈਗੀਆਂ ਨੇ, ਅਤੇ ਟੋਏ ਟ੍ਰੇਨ ਟ੍ਰੇਨ ਗੋ ਕਾਰਟ, ਇਹ ਤੁਸੀਂ ਸਾਰੀ ਰਾਈਡਸ ਇੰਜੋਏ ਕਰ ਸਕਦੇ। ਗੋ ਕਾਰਟਿੰਗ ਇਸ ਸਾਲ ਆਈ ਹੈਗੀ, ਪਿਛਲੇ ਸਾਲ ਨਹੀਂ ਸੀ, ਲੇਕਿਨ ਓਵਰਆਲ ਬਹੁਤ ਵਧੀਆ ਲੱਗਿਆ, ਅਤੇ ਇੱਥੇ ਤੁਸੀਂ ਆਪਣੇ ਪਰਿਵਾਰ ਨਾਲ ਅਤੇ ਬੱਚਿਆਂ ਨਾਲ ਜ਼ਰੂਰ ਆਇਓ। ਬਾਕੀ ਅਸੀਂ ਹੋਰ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਮੇਰੇ ਚੈਨਲ 'ਤੇ ਮਿਲ ਜਾਏਗੀ, ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਨਾਲ ਦੇ ਨਾਲ ਤੁਸੀਂ ਲਾਈਕ ਵੀ ਜ਼ਰੂਰ ਕਰ ਦਿਓ, ਠੋਕ ਦਿਓ ਲਾਈਕ।